ਬੀਬੀ ਜਗੀਰ ਕੌਰ ਨਿਊਜ਼ 18 ਦੇ ਜੁੜੇ ਹੈ। ਬੀਬੀ ਜੀ, ਅੱਜ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਘਰ ਵਾਪਸੀ ਕਰ ਲਈ, ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਚਰਚਾਵਾਂ ਇਹ ਵੀ ਨੇ ਕਿ ਤੁਹਾਡਾ ਮਨ ਵੀ ਕਰ ਰਿਹਾ ਵਾਪਸੀ ਦਾ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਤੁਹਾਨੂੰ ਵੀ ਮਨਾ ਰਹੇ ਨੇ, ਔਰ ਜਾਣਕਾਰੀ ਇਹ ਮਿਲੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਅਕਾਲੀ ਦਲ ਦੇ ਵਿੱਚ ਵਾਪਸੀ ਜਿਹੜੀ ਹੈ ਉਹ ਕਰ ਲੋਗੇ। ਦੋ ਸਵਾਲ ਤੁਸੀਂ ਕੀਤੇ ਹੈ ਜੀ। ਪਹਿਲਾ ਤੇ ਹੈ ਕਿ ਸਰਦਾਰ ਆਪਣਾ ਢੀਂਡਸਾ ਸਾਹਿਬ ਜਾ ਰਹੇ ਹੈ ਜੀ, ਉਹ ਬਾਹਰ ਨਿਕਲੇ ਸੀ, ਉਹਨਾਂ ਨੇ ਪਾਰਟੀ ਬਣਾਈ ਸੀ, ਉਹ ਪਾਰਟੀ ਤੋੜ ਕੇ ਵਾਪਸ ਜਾ ਰਹੇ ਹੈ ਜੀ। ਬਹੁਤ ਚੰਗੀ ਗੱਲ ਹੈ, ਪਾਰਟੀ 'ਚ ਵਾਧਾ ਹੋਣਾ ਚਾਹੀਦਾ, ਤਕੜੀ ਹੋਣੀ ਚਾਹੀਦੀ ਹੈ, ਨਾਲੇ ਦੋ ਪਾਰਟੀਆਂ ਦੀ ਇੱਕ ਪਾਰਟੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਜੀ, ਠੀਕ ਹੈ। ਦੂਜੀ ਜਿਹੜੀ ਮੇਰੀ ਗੱਲ ਕੀਤੀ ਤੁਸੀਂ, ਮੈਂ ਪਹਿਲੇ ਦਿਨ ਤੋਂ ਕਿਹਾ ਕਿ ਮੈਂ ਕਦੀ ਸ਼੍ਰੋਮਣੀ ਅਕਾਲੀ ਦਲ ਛੱਡਿਆ ਹੀ ਨਹੀਂ ਜੀ। ਮੈਂ ਨਾ ਪਾਰਟੀ ਵਿੱਚ ਕੋਈ ਟਿਕਟ ਮੰਗੀ ਸੀ, ਨਾ ਕੋਈ ਅਹੁਦਾ ਮੰਗਿਆ ਸੀ, ਨਾ ਮੇਰਾ ਪਾਰਟੀ 'ਚ ਕੋਈ ਚੱਲਿਆ ਸੀ, ਨਾ ਮੈਂ ਕਿਸੇ ਨੂੰ ਪਾਰਟੀ 'ਚੋਂ ਪ੍ਰਧਾਨਗੀ ਛੱਡ ਕੇ ਕਿਸੇ ਹੋਰ ਨੂੰ ਦੇਣ ਵਾਸਤੇ ਕਿਹਾ ਸੀ। ਉਹ ਸਾਡੇ ਪਾਰਟੀ ਦੀਆਂ ਸੁਧਾਰਾਂ ਦੀਆਂ ਅੰਦਰ ਦੀਆਂ ਗੱਲਾਂ ਸਨ ਕਿ ਅਸੀਂ ਪਾਰਟੀ ਦੇ ਪ੍ਰਧਾਨ ਦੇ ਨਾਲ ਸੁਧਾਰ ਕਰਨ ਵਾਸਤੇ, ਪਾਰਟੀ ਨੂੰ ਸ਼ਕਤੀਸ਼ਾਲੀ ਬਣਾਉਣ ਵਾਸਤੇ, ਪਾਰਟੀ ਨੂੰ ਤਕੜਾ ਕਰਨ ਵਾਸਤੇ ਕੋਈ ਵਿਚਾਰ ਦਿੱਤੇ ਸੀ। ਉਹ ਸਾਡੇ ਅੰਦਰਲੇ ਵਿਚਾਰ ਸੀ ਪਾਰਟੀ ਦੇ। ਦੂਜੇ ਪਾਸੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਮਹਾਨ ਸੰਸਥਾ ਹੈ, ਜਿਹਨੂੰ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਸਿੱਖ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਪੈਦਾ ਕਰਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕੀਤੀ ਸੀ ਜੀ। ਔਰ ਉਹ ਕਿਸੇ ਕਦਰਾਂ ਕੀਮਤਾਂ ਦੇ ਉੱਤੇ ਸਟੈਂਡ ਕਰਦੀ ਹੈ, ਕਿਸੇ ਇਤਿਹਾਸ ਤੇ ਕਰਦੀ ਹੈ, ਕਿਤੇ ਮਰਿਆਦਾ ਦੀ ਕਰਦੀ ਹੈ, ਕਿਤੇ ਸਿੱਖ ਰਹਿਤ ਮਰਿਆਦਾ ਨਾਲ ਜੁੜੀ ਹੈ। ਔਰ ਉੱਥੇ ਕੁਝ ਸਾਡੀਆਂ ਸਿਧਾਂਤ ਨੇ, ਕੋਈ ਫਲਸਫੇ ਨੇ, ਉਹ ਸਾਰੀਆਂ ਗੱਲਾਂ ਸਾਡੀਆਂ ਸੁਧਾਰ ਵਿੱਚ ਵੀ, ਤੇ ਜੇ ਕਿਤੇ ਕੋਈ ਕਮਜ਼ੋਰੀ ਆਈ ਹੈ ਮੈਂ ਉਹਦੇ ਸੰਬੰਧ 'ਚ ਗੱਲ ਕੀਤੀ ਸੀ ਜੀ। ਜੇ ਸਾਡੇ ਸਿੱਖ ਸੋਚ ਦੇ ਵਿੱਚ ਕੋਈ ਕਮੀ ਆਈ ਸੀ ਮੈਂ ਉਹਦੀ ਗੱਲ ਕੀਤੀ ਸੀ। ਜੇ ਕੋਈ ਸਾਡੇ ਤੋਂ ਸਿੱਖ ਕੌਮ ਨਾਰਾਜ਼ ਸੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੋਈ ਸੀ ਉਸ ਵਾਸਤੇ ਮੈਂ ਗੱਲ ਕੀਤੀ ਸੀ। ਜੇ ਬਾਦਲ ਸਾਹਿਬ ਨੇ ਉਸ ਗੱਲ ਦਾ ਗੁੱਸਾ ਕਰਕੇ ਮੈਨੂੰ ਪਾਰਟੀ 'ਚੋਂ ਕੱਢਿਆ ਤਾਂ ਮੈਂ ਸੋਚੀ ਉਹਨਾਂ ਨੇ ਕੱਢਿਆ, ਮੈਂ ਫਿਰ ਵੀ ਅੰਤ ਵਿੱਚ ਵੀ ਕਿਹਾ ਮੈਂ ਅੰਤ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂਗੀ ਔਰ ਸਿਧਾਂਤਾਂ ਦੀ ਗੱਲ ਕਰਾਂਗੀ, ਮੈਂ ਆਪਣੀ ਮਰਿਆਦਾ ਦੀ ਪਹਿਰੇਦਾਰੀ ਕਰਾਂਗੀ। ਮੇਰੀ ਜੇ ਤੇ ਉਹਨਾਂ ਨੇ ਕੋਈ ਸੁਧਾਰ ਕਰ ਲਏ, ਜੇ ਉਹ ਸੋਚਦੇ ਹੋਣਗੇ ਸੁਧਾਰ ਹੋ ਜਾਣਗੇ, ਜਾਂ ਕੋਈ ਕਿਸੇ ਕਿਸਮ ਦੀ ਪਾਰਟੀ ਨੂੰ ਤਕੜਾ ਕਰਨ ਦੀ ਕੋਈ ਕਮਜ਼ੋਰੀ ਨਾ ਰਹੀ, ਫਿਰ ਤਾਂ ਮੈਂ ਸੋਚ ਸਕਦੀ ਕਿ ਮੈਂ ਉਹਨਾਂ ਦੇ ਕੋਲ ਜਾ ਕੇ ਬਹਿ ਜਾਂ। ਪਰ ਜੇ ਉਹ ਅੱਜ ਵੀ ਨਹੀਂ ਸੋਚਦੇ ਤਾਂ ਮੈਂ ਸਮਝਦੀ ਹਾਂ ਕਿ ਉਹਦਾ ਕੋਈ ਫਾਇਦਾ ਨਹੀਂ। ਜੇਕਰ ਤੁਹਾਨੂੰ ਬੁਲਾ ਕੇ ਗੱਲਬਾਤ ਕਰਦੇ ਨੇ, ਕਿਉਂਕਿ ਤੁਸੀਂ ਢੀਂਡਸਾ ਹੋਰਾਂ ਨਾਲ ਵੀ ਗੱਲਬਾਤ ਕੀਤੀ ਸੀ, ਤਾਂ ਫਿਰ ਇਹ ਮੰਨ ਕੇ ਚੱਲੀਏ ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਦੁਬਾਰਾ ਉਸ ਤਰੀਕੇ ਨਾਲ ਅਕਾਲੀ ਦਲ 'ਚ ਐਕਟਿਵ ਹੋਵੋਗੇ, ਔਰ ਅਕਾਲੀ ਦਲ 'ਚ ਤੁਸੀਂ ਕਹਿ ਰਹੇ ਹੋ ਕੱਢਿਆ ਮੈਂ ਛੱਡੀ ਨਹੀਂ ਹੈ, ਤਾਂ ਫਿਰ ਵਾਪਸੀ ਜਿਹੜੀ ਹੋ ਜਾਏਗੀ? ਮੇਰੀ ਢੀਂਡਸਾ ਸਾਹਿਬ ਨਾਲ ਕਦੀ ਕੋਈ ਗੱਲ ਨਹੀਂ ਹੋਈ ਜੀ, ਮੈਂ ਉਹ ਪਾਰਟੀ ਨਹੀਂ ਜੁਆਇਨ ਕੀਤੀ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੈਂ ਤਾਂ ਵੱਖਰੀ ਲੜੀ ਸੀ ਕਿਉਂਕਿ ਬਾਦਲ ਸਾਹਿਬ ਨੇ ਮੈਨੂੰ ਸਸਪੈਂਡ ਕਰਤਾ ਸੀਗਾ ਮੇਰੀ ਗੱਲਾਂ ਕਰਕੇ, ਠੀਕ ਹੈ, ਕਰਨ ਦੀ ਬਜਾਏ ਗੁੱਸਾ ਕਰ ਲਿਆ, ਸਸਪੈਂਡ ਕੀਤਾ। ਜੋ ਸਸਪੈਂਡ ਕੀਤਾ ਮੈਂ ਚੋਣ ਲੜੀ, ਉਸ ਵੇਲੇ ਢੀਂਡਸਾ ਸਾਹਿਬ ਨਾਲ ਜਿਹੜੇ ਬੰਦੇ ਸੀ ਉਹਨਾਂ ਨੇ ਮੇਰੀ ਮੈਂਬਰਾਂ ਨੇ ਮਦਦ ਕੀਤੀ ਸੀ, ਬਾਕੀ ਇਸ ਤੋਂ ਅੱਗੇ ਮੇਰੀ ਕੋਈ ਉਹਨਾਂ ਦੇ ਨਾਲ ਕੋਈ ਐਸੀ ਗੱਲ। ਤੁਹਾਨੂੰ ਜੇ ਮੈਂ ਸਿੱਧੇ ਸ਼ਬਦਾਂ 'ਚ ਪੁੱਛਾਂ, ਸੁਖਬੀਰ ਬਾਦਲ ਹੋਰਾਂ ਦੀ ਪ੍ਰਧਾਨਗੀ ਮਨਜ਼ੂਰ ਹੈ? ਮੈਂ ਕਦੀ ਵੀ ਉਹਨਾਂ ਨੂੰ ਨਹੀਂ ਕਿਹਾ ਕਿ ਤੁਹਾਡੀ ਮੈਨੂੰ ਨਹੀਂ ਮਨਜ਼ੂਰ। ਉਹਦਾ ਕਾਰਨ ਸੀਗਾ, ਉਹਦਾ ਕਾਰਨ ਸੀ ਕਿ ਇਹ ਪਾਰਟੀ ਨਾਲ ਪੂਰੀ ਡੈਮੋਕ੍ਰੇਟਿਕ ਵੇ ਨਾਲ ਪ੍ਰਧਾਨ ਚੁਣਿਆ ਸੀ ਤੇ ਪਾਰਟੀ ਦੇ ਡੈਲੀਗੇਟ ਸੀ ਪ੍ਰਧਾਨ ਨੂੰ ਬਦਲ ਸਕਦੇ ਹੈ। ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪ੍ਰਧਾਨਗੀ ਮਨਜ਼ੂਰ ਹੈ, ਕੋਈ ਦਿੱਕਤ ਨਹੀਂ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ? ਡੈਲੀਗੇਟਾਂ ਨੇ ਚੁਣਿਆ ਸੀਗਾ, ਡੈਲੀਗੇਟਸ ਨੇ ਬਦਲਣਾ ਹੁੰਦਾ। ਮੈਂ ਸਿਧਾਂਤਕ ਤੌਰ ਤੇ ਕਿਉਂ ਗਲਤ ਕਵਾਂ ਕਿ ਸੁਖਬੀਰ ਨੂੰ, ਹਾਂ
ਅਸੀਂ ਉਸ ਵੇਲੇ ਕਿਹਾ ਸੀ ਜਦੋਂ ਸਾਡੇ ਉੱਤੇ ਬਹੁਤ ਵੱਡੇ ਐਲੀਗੇਸ਼ਨ ਲੱਗੇ ਸੀ ਤੇ ਪਾਰਟੀ ਕਮਜ਼ੋਰ ਹੋਈ, ਪਾਰਟੀ ਦਾ ਨੁਕਸਾਨ ਹੋਇਆ ਤੇ ਅਸੀਂ ਬਹੁਤ ਵੱਡੀ ਹਾਰ ਦਾ ਸਾਹਮਣਾ ਕੀਤਾ। ਉਸ ਵੇਲੇ ਅਸੀਂ ਸਾਰੇ ਲੀਡਰਾਂ ਨੇ ਬਾਦਲ ਸਾਹਿਬ ਨੂੰ ਜਾ ਕੇ ਕਿਹਾ ਸੀਗਾ ਕਿ ਪਾਰਟੀ ਦੇ ਜੇ ਥੋੜ੍ਹੇ ਚਿਰ ਵਾਸਤੇ ਆਪਾਂ ਥੋੜ੍ਹਾ ਪਾਸਾ ਕਰ ਲਈਏ ਤੇ ਲੋਕਾਂ ਦਾ ਗੁੱਸਾ ਗਿਲਾ ਜੇ ਦੂਰ ਹੋ ਜਾਏ ਤੇ ਪਾਰਟੀ ਨੂੰ ਮਜ਼ਬੂਤ ਕਰ ਲਈਏ। ਮੈਂ ਇਕੱਲੀ ਨਾਲ ਨਹੀਂ ਸੀ ਕਿਹਾ। ਅੱਜ ਤੁਹਾਨੂੰ ਪ੍ਰਧਾਨ ਮਨਜ਼ੂਰ ਨੇ, ਅੱਜ ਉਹਨਾਂ ਦੇ ਅੰਡਰ ਜਿਹੜਾ ਅਕਾਲੀ ਦਲ ਚੱਲ ਰਹੀ ਹੈ ਉਹ ਪ੍ਰਧਾਨ ਰਹਿੰਦੇ ਨੇ। ਪ੍ਰਧਾਨ ਮਨਜ਼ੂਰ ਮੈਂ ਥੋੜ੍ਹਾ ਕਰਨਾ ਜੀ, ਉਹ ਪਾਰਟੀ ਡੈਲੀਗੇਟਸ ਨੇ ਚੁਣਿਆ ਹੋਇਆ ਤੇ ਪਾਰਟੀ ਦਾ ਪ੍ਰਧਾਨ ਹੈ ਜੀ। ਜੀ ਤੇ ਜੇਕਰ ਤੁਹਾਡੇ ਨਾਲ ਨਾ ਕਹਾਂ ਮੇਰੇ ਕਹਿਣ ਨਾਲ ਕੀ ਫਰਕ ਪੈਣਾ, ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਪੰਥ ਨੂੰ ਇਕੱਠਾ ਕਰਨ ਦੇ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਪੰਥ ਨੂੰ ਲੋੜ ਹੈ, ਤਾਂ ਫਿਰ ਤੁਸੀਂ ਜਿਹੜਾ ਵੈ ਵਾਪਿਸ ਆਓਗੇ? ਦੇਖੋ ਸਾਰੇ ਲੀਡਰਾਂ ਦੀਆਂ ਪੰਡਾਂ ਬੰਨਣ ਨਾਲ ਨਹੀਂ ਪੰਥ ਇਕੱਠਾ ਹੋਣਾ ਜੀ। ਪੰਥ ਇਕੱਠਾ ਉਦਣ ਹੋਣਾ ਜਦੋਂ ਅਸੀਂ ਸਾਰੀ ਸਿੱਖ ਕੌਮ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਲਿਆਵਾਂਗੇ, ਜਦੋਂ ਅਸੀਂ ਸੋਚ ਤੇ ਵਿਚਾਰਧਾਰਾ ਪੰਥਕ ਬਣਾਵਾਂਗੇ, ਜਦੋਂ ਅਸੀਂ ਸਿੱਖ ਕੌਮ ਦੀਆਂ ਆਸਾਂ ਤੇ ਪੂਰੀਆਂ ਉਤਰਾਂਗੇ, ਜਦੋਂ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਸੱਚਮੁੱਚ ਕਿਸੇ ਅਸੂਲਾਂ ਤੇ ਸਿਧਾਂਤਾਂ ਤੇ ਪਹਿਰੇਦਾਰੀ ਕਰਾਂਗੇ, ਉਦੋਂ ਪੰਥ ਤਕੜਾ ਹੋਣਾ ਹੈ, ਨਾ ਕਿ ਮੇਰੇ ਤੇਰੇ ਦੇ ਨਾਲ ਕੋਈ ਪੰਥ ਤਕੜਾ ਹੋਣਾ। ਮੈਂ ਨਾ ਹੋਈ, ਮੈਂ ਜਿਉਂਦੀ ਨਾ ਰਵਾਂਗੀ ਤਾਂ ਵੀ ਪੰਥ ਤਕੜਾ ਹੀ ਰਹਿਣਾ। ਤੁਹਾਡੀ ਪਿਛਲੇ ਦਿਨਾਂ 'ਚ ਕੋਈ ਗੱਲਬਾਤ ਅਕਾਲੀ ਦਲ 'ਚ ਕਿਸੇ ਨਾਲ ਹੋਈ, ਚੰਦੂ ਮਾਜਰਾ ਹੋਰਾਂ ਨਾਲ, ਚੀਮਾ ਹੋਰਾਂ ਨਾਲ ਜਾਂ ਸੁਖਬੀਰ ਬਾਦਲ ਹੋਰਾਂ ਨਾਲ? ਮੇਰੀ ਸਾਰੇ ਲੀਡਰਾਂ ਨਾਲ ਰੋਜ਼ ਹੀ ਹੁੰਦੀ ਤਕਰੀਬਨ। ਕੀ ਕਹਿ ਰਹੇ ਨੇ ਉਹ? ਬਸ ਵਿਚਾਰੇ ਕਰਦੇ ਨੇ ਜੀ। ਵਿਚਾਰਾ ਕਰਦੇ ਕਿ ਇਕੱਠੇ ਹੋਈਏ? ਦੇਖੋ ਉਹ ਵੀ ਸਾਰੇ ਜਿਹੜੀਆਂ ਗੱਲਾਂ ਤੇ ਉਹ ਵੀ ਪਰੇਸ਼ਾਨ ਨੇ। ਹਾਂ ਇਹ ਗੱਲ ਕਹੋ ਨਾ ਕਿ ਉਹ ਪਰੇਸ਼ਾਨ ਨਹੀਂ। ਲਾਸਟ ਗੱਲਬਾਤ ਕਿੰਦੇ ਨਾਲ ਹੋਈ ਸੀ ਔਰ ਕੀ ਕਿਹਾ ਸੀ? ਨਹੀਂ ਮੇਰੇ ਕੋਲ ਤੇ ਦੇਖੋ ਜੀ, ਅਸੀਂ ਤੇ ਸਾਰੇ ਰੋਜ਼ ਹੀ ਕੋਈ ਨਾ ਕੋਈ ਟੈਲੀਫੋਨ ਤੇ ਵੀ ਗੱਲਾਂ ਕਰਦੇ ਆ। ਮੈਂ ਹੁਣ ਕਿਹਦਾ ਕਿਹਦਾ ਨਾਂ ਲਵਾਂ? A to Z ਹੀ ਲੈ ਲਓ ਜੀ, ਜਿੰਨੇ ਵਰਕਰ ਜਿੰਨੇ ਲੀਡਰ, ਕੋਈ ਐਸਾ ਲੀਡਰ ਨਹੀਂ ਜਿਹਦੇ ਨਾਲ ਮੇਰੀ ਗੱਲ ਨਾ ਹੁੰਦੀ ਹੋਵੇ। ਇਹ ਮਤਲਬ ਸੁਖਵੀਰ ਬਾਦਲ ਜਾਂ ਇਹ ਮਤਲਬ? ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਵੀ ਮੇਰੀ 3-4 ਵਾਰੀ ਗੱਲ ਹੋ ਚੁੱਕੀ ਹੈ ਤੇ ਉਹਨਾਂ ਨੇ ਕੀ ਕਿਹਾ? ਬਸ ਇਹੀ ਕਹਿੰਦੇ ਸੀਗੇ ਵੀ ਆਪਾਂ ਸਾਰੇ ਇਕੱਠੇ ਹੋਈਏ। ਤੁਸੀਂ ਕੀ ਕਿਹਾ ਉਹਨਾਂ ਨੂੰ? ਮੈਂ ਤੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਦਾ ਹੀ ਕੁਰਬਾਨ ਹੋਣ ਲਈ ਤਿਆਰ ਹੈ ਪਰ ਸਿਧਾਂਤਕ ਤੌਰ ਤੇ। ਤੁਸੀਂ ਬੇਸਿਕਲੀ ਕਿਹਾ ਕਿ ਇਕੱਠੇ ਹੋ ਜਾਵਾਂਗੇ ਲੇਕਿਨ ਸਿਧਾਂਤਕ ਤੌਰ ਤੇ ਇਕੱਠੇ ਹੋਣ ਦੀ ਲੋੜ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਛੱਡਿਆ ਨਹੀਂ ਸੀ, ਮੈਂ ਤੇ ਕਦੇ ਕਿਹਾ ਹੀ ਨਹੀਂ ਮੈਂ ਛੱਡਿਆ ਜੀ, ਉਹਨੇ ਮੈਨੂੰ ਕੱਢਿਆ ਹੋਇਆ। ਤੁਸੀਂ 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 ਸੁਖਵੀਰ ਬਾਦਲ ਹੋਰਾਂ ਨੂੰ ਕਿਹਾ ਕਿ ਮੈਂ ਨਹੀਂ ਛੱਡਿਆ, ਤੁਸੀਂ ਮੈਨੂੰ ਕੱਢਿਆ ਤੇ ਤੁਸੀਂ? ਹਾਂਜੀ ਸਾਰੇ ਕਿਹਾ ਕਿ ਮੈਂ ਕਦੀ ਛੱਡਿਆ ਨਹੀਂ, ਮੇਰਾ ਕੋਈ ਬਿਆਨ ਦੱਸੋ ਜੀ, ਮੇਰੀ ਕੋਈ ਪ੍ਰੈਸ ਨੋਟ ਦੱਸੋ ਜੀ। ਕਿਹਾ ਕਿ ਮੈਂ ਤੇ ਸੁਖਵੀਰ ਬਾਦਲ ਦਾ ਕੀ ਕਹਿਣਾ ਸੀ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ? ਉਹ ਕਹਿੰਦੇ ਚਲੋ ਜੋ ਹੁਣ ਪਿੱਛੇ ਹੋ ਗਿਆ। ਮੈਂ ਉਹਨਾਂ ਨੂੰ ਕਿਹਾ ਜੀ ਫਿਰ ਤੁਸੀਂ ਕੱਢਿਆ, ਤੁਸੀਂ ਸੋਚ ਲਓ। ਹਾਂ ਤੇ ਉਹਨਾਂ ਦਾ ਕੀ ਕਹਿਣਾ ਸੀ? ਕਹਿੰਦੇ ਕੋਈ ਨਹੀਂ, ਉਹ ਕਹਿੰਦੇ ਸੀ ਬੈਠ ਕੇ ਵਿਚਾਰ ਕਰਾਂਗੇ। ਠੀਕ ਹੈ। ਦੂਸਰਾ ਇਹ ਵੀ ਹੈ, ਚਰਚਾ ਇਹ ਵੀ ਹੈ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਤੁਸੀਂ ਲੜ ਸਕਦੇ ਹੋ ਲੋਕ ਸਭਾ ਦੀ ਜੇ ਪਾਰਟੀ ਕਹਿੰਦੀ ਹੈ ਤੇ? ਜੇ ਪਾਰਟੀ ਨੇ ਤਾਂ ਮੈਨੂੰ ਕੱਢਿਆ ਹੋਇਆ ਜੀ, ਉਹ ਮੈਨੂੰ ਕਿਉਂ ਕਹਿਣਗੇ ਜੀ ਜਦੋਂ ਵਾਪਸ ਆਓਗੇ? ਕਿਉਂਕਿ ਢੀਂਡਸਾ ਹੋਰੀ ਵਾਪਸ ਆ ਰਹੇ ਔਰ ਕਹਿੰਦੇ ਪਰਮਿੰਦਰ ਢੀਂਡਸਾ ਸੰਗਰੂਰ ਤੋਂ ਇਲੈਕਸ਼ਨ ਲੜਨਗੇ। ਵਾਪਸ ਸ਼ਬਦ ਕੱਢੋ ਮੇਰੇ ਵਿੱਚੋਂ ਜੀ। ਮੈਂ ਸ਼੍ਰੋਮਣੀ ਅਕਾਲੀ ਦਲ ਛੱਡਿਆ ਨਹੀਂ, ਉਹਨਾਂ ਮੈਨੂੰ ਕੱਢਿਆ ਜੀ। ਉਹ ਜੇ ਰਿਅਲਾਈਜ਼ ਕਰਦੇ ਆ ਜੀ ਕਿ ਉਹਨਾਂ ਨੇ ਉਸ ਵੇਲੇ ਫੈਸਲਾ ਗਲਤ ਲਿਆ ਤੇ ਜੇ ਉਹ ਮਹਿਸੂਸ ਕਰਦੇ ਆ ਕਿ ਪਾਰਟੀ ਵਾਸਤੇ ਮੈਂ ਕੁਝ ਕਰ ਸਕਦੀ ਹਾਂ, ਉਹ ਅੱਗੋਂ ਕੀ ਹੁਕਮ ਕਰਦੇ? ਮੈਂ ਤਾਂ ਬਾਅਦ ਚ ਗੱਲ ਕਰ ਸਕਦੀ ਨਾ, ਮੈਂ ਪਹਿਲਾਂ ਕਿਉਂ ਕਹੀ ਜਾਵਾਂ ਜੀ? ਜੀ